ਚੱਬਾ ਦੇ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਧਿਆਨ ਸਿੰਘ ਮੰਡ ਐਤਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਹਨ। ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਵੱਲੋਂ ਇਹਨਾਂ ਨੂੰ ਆਮ ਸ਼ਰਧਾਲੂਆਂ ਵਾਂਗ ਮੱਥਾ ਟੇਕਣ ਦੀ ਖੁੱਲ੍ਹ ਦਿੱਤੀ ਗਈ ਹੈ। ਕਿਸੇ ਵੀ ਤਰ੍ਹਾਂ ਦੀ ਗੜਬੜ ਤੋਂ ਬਚਾਅ ਲਈ ਸ਼੍ਰੋਮਣੀ ਕਮੇਟੀ ਵੱਲੋਂ ਵੱਡੀ ਗਿਣਤੀ 'ਚ ਪੁਲਿਸ ਤੈਨਾਤ ਕੀਤੀ ਗਈ ਸੀ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਪ੍ਰੈਸ ਫੋਟੋਗ੍ਰਾਫਰ ਜਾਣ 'ਤੇ ਵੀ ਰੋਕ ਲਗਾ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਜਥੇਦਾਰ ਧਿਆਨ ਸਿੰਘ ਨੇ ਅਕਾਲ ਤਖਤ ਅਤੇ ਗੁਰਦੁਆਰਾ ਬਾਬਾ ਅਟਲ ਰਾਏ ਵਿਖੇ ਵੀ ਮੱਥਾ ਟੇਕਿਆ। ਯਾਦ ਰਹੇ ਕਿ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਵੱਲੋਂ ਅਕਾਲ ਤਖਤ ਦੇ ਬਰਾਬਰ ਵੱਖਰਾ ਸਕੱਤਰ ਸਥਾਪਿਤ ਕਰਨ ਦਾ ਐਲਾਨ ਕੀਤਾ ਹੋਇਆ ਹੈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਤੇ ਵਧੀਕ ਸਕੱਤਰ ਦਲਜੀਤ ਸਿੰਘ ਬੇਦੀ ਨੇ ਆਖਿਆ ਕਿ ਸ਼੍ਰੀ ਹਰਿਮੰਦਰ ਸਾਹਿਬ ਜਾਂ ਸ਼੍ਰੀ ਅਕਾਲ ਤਖਤ ਵਿਖੇ ਮੱਥਾ ਟੇਕਣ 'ਤੇ ਕੋਈ ਰੋਕ ਨਹੀਂ ਸੀ। ਉਹਨਾਂ ਬਤੌਰ ਸ਼ਰਧਾਲੂ ਵਾਂਗ ਹੀ ਮੱਥਾ ਟੇਕਿਆ ਹੈ। ਉਹਨਾਂ ਕਿਹਾ ਕਿ ਇੱਥੇ ਕਿਸੇ ਨੂੰ ਵੀ ਸ਼ਾਂਤੀ ਭੰਗ ਕਰਨ ਜਾਂ ਪ੍ਰਬੰਧ 'ਚ ਖਲਲ ਪਾਉਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਨਿਮਰਤਾ ਦੇ ਨਾਲ ਆਏ ਹਾਂ, ਸਾਡੀ ਟਕਰਾਓ ਦੀ ਕੋਈ ਨੀਤੀ ਨਹੀਂ, ਪਰ ਜਿਸ ਤਰੀਕੇ ਦੇ ਨਾਲ ਸਵੇਰ ਤੋਂ ਲੈ ਕੇ ਪੁਲਿਸ ਨੇ, ਇੱਥੋਂ ਦੇ ਪ੍ਰਬੰਧ ਨੇ ਸਾਨੂੰ, ਮੈਂ ਇਹ ਗੱਲ ਕਹਿ ਸਕਦਾ ਕਿ ਸਾਨੂੰ ਖੁੱਲ੍ਹੇਆਮ ਦਰਸ਼ਨ ਨਹੀਂ ਕਰਨ ਦਿੱਤੇ। ਅਸੀਂ ਕਿਸੇ 'ਤੇ ਇਲਜ਼ਾਮਬਾਜ਼ੀ ਨਹੀਂ ਲਾ ਰਹੇ, ਪਰ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਆਮ ਸ਼ਰਧਾਲੂ ਵਾਂਗੂ ਸਾਨੂੰ ਇੱਥੇ ਦਰਸ਼ਨ ਨਹੀਂ ਕਰਨ ਦਿੱਤੇ ਗਏ। ਜਿਵੇਂ ਕਿ ਸ੍ਰੀ ਹਜ਼ੂਰ ਸਾਹਿਬ ਵਿਖੇ ਅਸੀਂ ਦਰਸ਼ਨ ਕੀਤੇ ਨੇ, ਪਟਨਾ ਸਾਹਿਬ ਵਿਖੇ ਅਸੀਂ ਦਰਸ਼ਨ ਕੀਤੇ ਨੇ। ਅਸੀਂ ਆਪਣੀ ਅਰਦਾਸ ਦੇ ਵਿੱਚ ਸਫਲ ਹੋਏ ਹਾਂ ਅਤੇ ਸਫਲ ਹੋਵਾਂਗੇ। ਬੇਸ਼ੱਕ ਜਿੰਨੀਆਂ ਮਰਜ਼ੀ ਰੁਕਾਵਟਾਂ ਹੋਣ, ਸਮਾਂ ਆਉਣ ਦੇ ਉੱਤੇ ਸਾਰਾ ਕੁਝ ਠੀਕ ਹੋ ਜਾਊਗਾ। ਸੋ ਇਸ ਕਰਕੇ ਜਿਹੜੀਆਂ ਸਿੱਖ ਸੰਗਤਾਂ ਉਤਸ਼ਾਹ ਨਾਲ ਇੱਥੇ ਆਈਆਂ, ਕਿਉਂਕਿ ਅੱਜ ਅਸੀਂ ਇੱਥੇ ਮੱਥਾ ਟੇਕਣਾ ਸੀ, ਅਸੀਂ ਸਮੁੱਚੇ ਖਾਲਸਾ ਪੰਥ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਾਰਿਆਂ ਨੂੰ ਇੱਥੇ ਆਉਣ 'ਤੇ ਜੀ ਆਇਆਂ ਆਖਦੇ ਹਾਂ। ਸਾਡੀ ਟਕਰਾਓ ਦੀ ਕੋਈ ਨੀਤੀ ਨਹੀਂ, ਸਰਕਾਰ ਸਾਡੇ ਨਾਲ ਟਕਰਾਓ ਚਾਹੁੰਦੀ ਹੈ, ਪਰ ਅਸੀਂ ਟਕਰਾਓ ਕਰਨਾ ਨਹੀਂ, ਜ਼ਬਰ ਦਾ ਮੁਕਾਬਲਾ ਸਬਰ ਨਾਲ ਅਸੀਂ ਕਰਾਂਗੇ। ਜਿਹੜਾ ਅਸੀਂ ਇੱਥੇ ਦਫ਼ਤਰ ਖੋਲ੍ਹਣ ਦੀ ਗੱਲ ਕੀਤੀ ਹੈ, ਪਹਿਲਾਂ ਅਸੀਂ ਅਰਦਾਸ ਕੀਤੀ ਹੈ। ਸਾਡੇ ਦੋ ਤਖਤ ਸਾਹਿਬਾਨ ਅਜੇ ਰਹਿੰਦੇ ਨੇ, ਸ੍ਰੀ ਕੇਸਗੜ੍ਹ ਸਾਹਿਬ ਔਰ ਸ੍ਰੀ ਦਮਦਮਾ ਸਾਹਿਬ। ਉਸ ਉਪਰੰਤ ਫਿਰ ਅਸੀਂ ਇੱਥੇ ਦਫ਼ਤਰ ਖੋਲ੍ਹਾਂਗੇ। ਉਹ ਇਸ ਕਰਕੇ ਅਸੀਂ ਕੋਈ ਗੁਰੂ ਮਹਾਰਾਜ ਦੇ ਸ਼ਰੀਕ ਬਣਨ ਦੀ ਗੱਲ ਨਹੀਂ ਕਰਦੇ, ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼ਰੀਕ ਬਣਨ ਦੀ ਗੱਲ ਨਹੀਂ ਕਰਦੇ। ਸਾਨੂੰ ਸੰਗਤਾਂ ਨੇ ਉਪਾਧੀ ਦਿੱਤੀ ਹੈ, ਲੱਖਾਂ ਲੋਕਾਂ ਨੇ ਸਾਨੂੰ ਚੁਣਿਆ। ਜਿਹਨੇ ਵੀ ਗੁਰੂ ਘਰ ਦਾ ਮੁਕਾਬਲਾ ਕੀਤਾ, ਉਹਦਾ ਕੱਖ ਨਹੀਂ ਰਿਹਾ, ਉਹਦਾ ਕੱਖ ਨਾ ਰਹਿਣਾ ਅਤੇ ਨਾ ਰਿਹਾ। ਬਿਊਰੋ ਰਿਪੋਰਟ, ਪੰਜਾਬ ਟੂਡੇ।